ਭਾਈ ਜੋਤਲੀਆ ਸਾਹਿਬ ਤਸ਼ਰੀਫ ਫਰਮਾ ਡੇਰੇ ਤੇ ਇੱਕ ਆਦਮੀ ਆ ਆ ਗਰਜ਼ ਕਰਦਾ ਬਾਬਾ ਜੀ ਮੈਨੂੰ ਪਿਆਸ ਲੱਗੀ ਮੈਂ ਪਾਣੀ ਪੀਣਾ। ਸਾਹਿਬ ਹੁਣੇ ਫਰਮਾਉਂਦੇ ਭਲਿਆ ਖੂਹ ਲੱਗੀ ਆ ਬੋਕਾ ਡੰਗਿਆ ਹੋਇਆ ਜਾਂ ਕੜਲਾ ਪੀਦਾ। ਉਹ ਪੰਜ ਸੱਤ ਮਿੰਟ ਫਿਰ ਚੁੱਪ ਕਰਕੇ ਕਹਿੰਦਾ ਬਾਬਾ ਜੀ ਫਿਰ ਲੱਗੀ ਆ ਪਾਣੀ ਪੀਣਾ। ਕਹਿੰਦੀ ਉਹ ਖੂਹੀ ਆ ਬੋਕਾ ਡੰਗਿਆ ਹੋਇਆ ਕੜਲਾ ਪੀਦਾ। ਫਿਰ ਚੁੱਪ ਕਰਕੇ ਆ ਪੰਜ ਸੱਤ ਮਿੰਟ ਬਾਅਦ ਫਿਰ ਕਹਿੰਦਾ ਬਾਬਾ ਜੀ ਫਿਰ ਲੱਗੀ ਆ ਪਾਣੀ ਪੀਣਾ। ਕਹਿੰਦੇ ਤੈਨੂੰ ਕਿੰਨੀ ਵਾਰੀ ਗਿਆ ਖੂਹੀ ਆ ਬੋਕਾ ਲੱਗਿਆ ਕੜਲਾ ਪੀਦਾ। ਕਹਿੰਦਾ ਹਜ਼ੂਰ ਮੈਂ ਚੂੜਾ ਵਾਂ। ਸਰਕਾਰ ਫਰਮਾਉਂਦੇ ਤੂੰ ਆਪੇ ਹੀ ਚੂੜਾ ਵਾਂ। ਜੇ ਤੂੰ ਚੂਣਾ ਤੇ ਤੂੰ ਆਪੇ ਹੀ ਚੂਣਾ। ਤੈਨੂੰ ਮੈਂ ਤਾਂ ਨਹੀਂ ਕਿਹਾ, ਮੈਂ ਤਾਂ ਤੈਨੂੰ ਕਿਹਾ ਬੋਕਾ ਲੱਗਿਆ ਹੋਇਆ ਖੂਹੀ ਪਈ ਆ ਪਾਣੀ ਕੱਢ ਲਾ ਪੀ ਲਾ। ਜੇ ਤੈਨੂੰ ਆਪਣੇ ਚੂੜੇ ਨੇ ਇੰਨੇ ਪਿਆਰਾ ਚੂੜਾ ਕੱਢ ਕੇ ਇੱਥੇ ਰੱਖ ਜਾ ਪਾਣੀ ਪੀਲਾ ਜਾਂਦਾ ਹੋਇਆ ਚੂੜਾ ਨਾਲ ਲੈ ਜੀ। ਜਦੋਂ ਸਾਈ ਨੇ ਗੱਲ ਸਮਝਾਈ ਪਾਣੀ ਪੀਤਾ ਵਾਪਸ ਆਏ ਫਰਮਾਉਣ ਲੱਗੇ ਲਵੀ ਭਲੇ ਆਪਣਾ ਚੂੜਾ ਜਗਤ ਚੱਲਦਾ ਹੋ। ਕਹਿੰਦਾ ਸਰਕਾਰ ਜਦ ਹੁਣ ਕੱਢ ਹੀ ਛੱਡਿਆ ਤੈਨੂੰ ਸਾਰੀ ਜ਼ਿੰਦਗੀ ਨਹੀਂ ਕੱਢਦੇ ਹੋ। ਆ ਫਰਮਾਉਂਦਾ ਜਿੱਦਾਂ ਅਸੀਂ ਹੱਥ ਮੂੰਹ ਧੋਵਾਂਗੇ ਧੋ ਲਏਗਾ। ਕਹਿੰਦਾ ਜੀ ਹਜ਼ੂਰ ਧੋ ਲਾਂਗਾ। ਸਰਕਾਰ ਨੇ ਲੋਟਾ ਫੜਾਇਆ ਫੜ ਕੇ ਵਜ਼ੂ ਕਰਨ ਲੱਗ ਪਿਆ। ਕੁਝ ਵੱਲ ਨੂੰ ਮੂੰਹ ਕਰ ਕਹਿੰਦੇ ਕਹਿਓ ਮੈਂ ਨਹੀਂ ਤੂੰ ਹੀ ਹੋਈ ਤੂੰ, ਕਹਿਓ ਮੈਂ ਨਹੀਂ ਤੂੰ ਹੀ ਹੋਈ ਤੂੰ। ਜਦੋਂ ਕੀ ਵਾਰੀ ਕਿਹਾ ਹਜ਼ੂਰ ਨੂੰ ਬਾਸ਼ਾ ਗਿਆ। ਕਹਿੰਦਾ ਬਾਬਾ ਜੀ ਉਹਨੂੰ ਕਲਮਾ ਵੀ ਪੜ੍ਹਾ ਦਿਓ। ਕਹਿੰਦੇ ਉਹਨੂੰ ਪੜ੍ਹਨਾ ਬਾਕੀ ਲੈ ਗਿਆ ਤਿੰਨ ਤੱਕ ਕਰਨੇ ਵਾਲਾ ਹੀ ਦਿਖਾ ਦਿੱਤਾ। ਜਦ ਦੇਖ ਲਿਆ ਤੇ ਪੜ੍ਹਨਾ ਬਾਕੀ ਲੈ ਗਿਆ ਆਪ ਰਮੋਦੇ ਦੁੱਖ ਮੁੱਕ ਜਾਂਦੇ ਜਦੋਂ ਪੈਂਦਾ ਹੈ ਦੁੱਖ ਮੁੱਕ ਜਾਂਦੇ। ਪੰਜਾਬੀ ਦਾ ਤਰਜਮਾ ਕੀਤਾ ਕਿਸੇ ਆਸ਼ਕ ਨੇ ਕਿ ਬਗੈਰ ਦੇਖਿਆ ਜਿਹੜਾ ਸਜਦੇ ਕਰਦਾ ਨਾ ਸਰਕਾਰ ਫਰਮਾਉਂਦੀ ਅਦਾ ਨਹੀਂ ਕਰਦਾ ਬਲਕਿ ਕਜ਼ਾ ਕਰਦਾ। ਫਤਵਾ ਹਮੀਦ ਹਮ ਕੇ ਨਮਾਜ਼ ਕਜ਼ਾ ਕੋਨਾ ਤੋ ਪੰਜਾਬੀ ਤਰਜਮਾ ਕੀਤਾ ਅੰਨੇ ਵਾ ਕੇ ਪੜ ਨਮਾਜ਼ ਰੱਬ ਦੀ ਅੰਨੇ ਵਾ ਕਈ ਪੜ ਨਮਾਜ਼ ਰੱਬ ਦੀ ਇਹਨੂੰ ਦੇਖ ਕੇ ਪੜਦਾ ਕੋਈ ਕੋਈ ਏ ਕੋਈ ਮੰਦਰ ਦੀ ਦਸ ਪਾਵੇ।
ਕੋਈ ਆਖੇ ਰੱਬ ਵਿੱਚ ਮਸਜਿਦ ਕੋਈ ਮੰਦਰ ਦੀ ਨਸ ਪਾਵੇ ਕੋਈ ਆਖੇ ਰੱਬ ਵਿੱਚ ਗਿਰਜੇ ਕੋਈ ਨਸ ਨਸ ਕਾਬੇ ਜਾਵੇ ਸਾਨੂੰ ਕੱਲਾ ਕੱਲਾ ਦੱਸੇ ਆਪ ਲੁਕ ਲੁਕ ਯਾਰ ਹਟਾ